ਸਬਸਕ੍ਰਾਈਬ ਕਰੋ ਤਾਂ ਬੈਲ ਦਾ ਬਟਨ ਪ੍ਰੈਸ ਕਰੋ ਤਾਂ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਟਾਈਮ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਵਿੱਚ ਇਸ ਤਰ੍ਹਾਂ ਕਿ ਅਸੀਂ ਪੈਕਿੰਗ ਕਰਨ ਲੱਗੇ ਹਾਂ ਆਪਣੇ ਘਰ ਦੇ ਨਾਲ ਨਾਲ। ਮੈਂ ਤਿਆਰੀ ਕਰ ਲਈ ਹਾਂ, ਮੈਂ ਚੱਲਿਆ ਵਾਪਸ ਨੋਟਾਂ ਦਾ ਅਤੇ ਘਰ ਆਪਣੇ ਇਹਨਾਂ ਨੇ ਆਉਣਾ ਤਿਆਰੀ ਕਰਨ ਲੱਗੇ ਨੇ ਵੀ ਪੈਕਿੰਗ ਕਰਦੇ ਪਏ। ਪੈਕਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਨਾਬ ਆਉਣਾ ਗੱਡੀ 'ਤੇ ਅਤੇ ਮੈਂ ਜਾਣਾ ਮੋਟਰਸਾਈਕਲ 'ਤੇ। ਬੈਗ ਅਸੀਂ ਤਿਆਰ ਕਰ ਲਏ, ਹੁਣ ਸਾਰੀ ਤਿਆਰੀ ਹੋ ਰਹੀ ਹੈ ਜਾਣ ਦੀ। ਅੱਲਾ ਖੈਰ ਕਰੇਗਾ, ਟਾਈਮ ਨਾਲ ਨਿਕਲਾਂਗੇ ਅਤੇ ਟਾਈਮ ਨਾਲ ਘਰ ਪਹੁੰਚਾਂਗੇ। ਇਹ ਚੱਲੇ ਹੁਣ ਮੋਟਰਸਾਈਕਲ 'ਤੇ ਮੁਲਤਾਨ, ਅਸੀਂ ਜਾਵਾਂਗੇ ਗੱਡੀ 'ਤੇ, ਜ਼ਰਾ ਠਹਿਰ ਕੇ ਨਿਕਲਾਂਗੇ। ਇਹ ਮੋਟਰਸਾਈਕਲ 'ਤੇ ਜਾਣਗੇ। ਮੇਰੀ ਤਿਆਰੀ ਹੋ ਗਈ ਮੁਕੰਮਲ, ਮੈਂ ਚੱਲਿਆ, ਤੁਸੀਂ ਚਲੋ ਜ਼ੈਨ ਆਰਾਮ ਨਾਲ ਸਕੂਨ ਨਾਲ ਆ ਗਏ। ਮੈਂ ਅਤੇ ਮੇਰਾ ਵੱਡਾ ਬੇਟਾ ਜ਼ੈਨ ਚੱਲੇ ਅਸੀਂ ਇਕੱਠੇ, ਅਤੇ ਇਹਨਾਂ ਨੇ ਆਉਣਾ ਤੁਸੀਂ ਗੱਡੀ 'ਤੇ, ਅਸੀਂ ਜਾਣਾ ਮੋਟਰਸਾਈਕਲ। ਮੇਰਾ ਬੇਟਾ ਕਹਿੰਦਾ ਮੈਂ ਆਪਣੇ ਪਾਪਾ ਦੇ ਨਾਲ ਜਾਣਾ ਵਾ ਮੋਟਰਸਾਈਕਲ 'ਤੇ। ਮੈਂ ਕਿਹਾ ਦੂਰ ਦਾ ਸਫ਼ਰ ਆ, ਨਾ ਜਾ ਤੂੰ ਥੱਕ ਜਾਏਗਾ। ਕਹਿੰਦਾ ਨਹੀਂ ਥੱਕਦਾ, ਮੈਂ ਨਾਲ ਜਾਣਾ ਆਪਣੇ ਪਾਪਾ ਦੇ। ਮੈਂ ਕਿਹਾ ਚਲੋ ਠੀਕ ਆ। ਫਿਰ ਮੈਂ ਜ਼ੈਨ ਦੀ ਵੀ ਤਿਆਰੀ ਕਰਾਤੀ, ਹੁਣ ਜ਼ੈਨ ਔਰ ਜ਼ੈਨ ਦੇ ਪਾਪਾ ਦੋਨੋਂ ਜਾ ਰਹੇ ਹਾਂ ਮੁਲਤਾਨ। ਠੀਕ ਹੈ, ਚਲੋ ਹਾਂ, ਅੱਲਾ ਦੀ ਸਪੋਰਟ। ਚੁੱਪ ਕਰੋ ਯਾਰ। ਅੱਛਾ ਭਾਅ ਜੀ, ਅੱਜ ਅਸੀਂ ਚੱਲੇ ਜਾਣਾ ਵਾ, ਇਸ ਤੋਂ ਕੰਮ 'ਤੇ ਚੱਲ ਜਾਣਾ ਵਾ। ਅਸੀਂ ਹੁਣ ਤਿਆਰੀ ਕਰਦੇ ਹਾਂ, ਬੈਗ ਸ਼ੈਗ ਤਿਆਰ ਕਰਦੇ ਸੀ, ਅਸੀਂ ਹੁਣ ਚੱਲੇ ਜਾਣਾ ਵਾ ਘਰ। ਬਸ ਹੁਣ ਜਾਈਏ, ਛੁੱਟੀਆਂ ਦੇ ਬੱਚਿਆਂ ਦੀ ਹਾਲੇ ਹੈਗੀਆਂ ਸੀ 11 ਤਰੀਕ ਤੱਕ, ਲੇਕਿਨ ਉੱਥੇ ਘਰ ਦਾ ਵੀ ਸਰਕਾਰ ਨਹੀਂ ਨਾ ਸਿੱਧਾ ਹੁੰਦਾ, ਵਿੱਚੋਂ ਬੱਚੇ ਦਾ ਕੁਰਾਨ ਪਾਕ ਵੀ ਪਿੱਛੇ ਜਾ ਰਿਹਾ ਵਾ। ਆਪਣੇ ਘਰ ਦੀ ਤਰਫ ਰਵਾਨਾ ਹੋ ਚੁੱਕੇ ਹਾਂ। ਜ਼ੁਲਕਰ ਨੈਨ ਸੌ ਗਿਆ, ਬੈਠਦੇ ਬੈਠਦੇ ਜਾ ਰਹੇ ਕਿ ਸਾਡੀ ਜਾ ਰਹੀ Thank you.
ਪੈਟਰੋਲ ਪਾਉਣ ਲੱਗੇ ਗੱਡੀ 'ਚ। ਗੱਡੀ ਪੈਟਰੋਲ ਪੰਪ 'ਤੇ ਰੁਕੀ ਆ, ਪੈਟਰੋਲ ਪਵਾ ਰਹੇ ਆ। ਮੈਂ ਬੱਚਿਆਂ ਨੂੰ ਪਾਣੀ ਦਿੱਤਾ, ਨਾਲ ਲੇਸ ਦਿੱਤੀ, ਮੈਂ ਖਾ ਲਓ। ਵਿੱਚ ਲੇਸ ਖਾ ਰਹੇ, ਪਾਣੀ ਪੀ ਰਹੇ ਹਾਂ। ਅੱਜ ਗਰਮੀ ਵੀ ਬਹੁਤ ਜ਼ਿਆਦਾ, ਬਹੁਤ ਤੇਜ਼ ਗਰਮੀ ਹੈ। ਪਠਾਨ ਹੋਟਲ ਵਾਲੀ ਜ਼ਿਆਦਾ ਵੱਡੀ ਹੈ। ਲੋ ਜੀ, ਅਸੀਂ ਆਪਣੇ ਘਰ ਪਹੁੰਚ ਗਏ ਹਾਂ। ਮਾਸ਼ਾਅੱਲਾ, ਖੈਰ ਖਰੀਦ ਨਾਲ ਸਿਹਤ ਸਲਾਮਤ ਪਹੁੰਚ ਗਏ ਹਾਂ। ਮੁਲਤਾਨ 'ਤੇ ਗਰਮੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸੇਕ ਆ। ਇਹ ਮੇਰਾ ਸ਼ਰਾਬ ਦੀ ਬੇਟਾ ਵਾ, ਕਿ ਬਹੁਤ ਜ਼ਿਆਦਾ ਸੇਕ ਤੰਗ ਕਰਦਾ ਹੈ, ਕੋਈ ਗਰਮੀ ਸੀਕ ਬਣਾਉਂਦਾ ਹੈ। ਮਾਸ਼ਾਅੱਲਾ, ਗਰਮੀ ਬਹੁਤ ਜ਼ਿਆਦਾ ਅਤੇ ਮੱਥਾ ਟੇਕ। ਇਹ ਸੀ ਸਾਡੀ ਅੱਜ ਦੀ ਵੀਡੀਓ। ਮੇਰੇ ਭੈਣ ਭਾਈ ਨੂੰ ਸਭ ਤੋਂ ਕਰਦੇ ਇੱਥੇ ਐਂਡ। ਇਹ ਸੀ ਸਾਡੀ ਅੱਜ ਦੀ ਵੀਡੀਓ। ਮੇਰੇ ਭੈਣ ਭਾਈ ਨੂੰ ਅੱਛੀ ਲੱਗੇ, ਪਸੰਦ ਆਵੇ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਵਿੱਚ ਸਾਨੂੰ ਜ਼ਰੂਰ ਦੱਸਿਓ। ਸਾਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।